अपनी शिक्षा पूरी करने के बावजूद भी छात्रवृत्ति प्राप्त करने वाले विद्यार्थियों को शिक्षण संस्थानों की ओर से डिग्री नहीं दी जा रही है, जिस कारण उन्होंने आज जिलाधीश कार्यालय के बाहर धरना प्रदर्शन किया और एक मांग पत्र जिलाधीश को शांत कर शिक्षण संस्थानों से डिग्रियां लेने की मांग की। इस पर उन्होंने कहा कि पास आउट कर चुके हैं, उनकी डिग्रियां कॉलेजें रुकी हुई हैं, तो वही बारे अपने को मांग पत्र लेके आए थे, उन्होंने उसी ना रेड्डी साहब नोटिस ले आके जो भी होगा उन्होंने तो सोल्यूशन करने का कुछ भी कर देंगे। सर, सरकार वालों किया जाता है कि तीन दिन डिग्रियां दी जो भी तो बच्चा पास होना, पर फिर भी क्यों नहीं दी जा रही? कोई नहीं, जो सरकार के हुक्म है लागू करवाने से ग्रांट वगैरह ਮੁਲਾਕਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਆ ਵੀ ਡਿਸਟ੍ਰਿਕਟ ਵੈਲਫੇਅਰ ਆਫਿਸਰ ਤੋਂ ਜਿਹੜਾ ਆ ਹੁਣੇ ਹੀ ਜਿਹੜਾ ਇੱਕ ਸ਼ੋਅ ਕਾਲਡ ਨੋਟਿਸ ਕਾਲਜਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੇ ਮੰਨਣ ਦੇ ਨਾਂ ਤੇ ਉਹ ਜਾਰੀ ਕੀਤਾ ਜਾਊਗਾ ਤੇ ਦੋ ਦਿਨ ਦ
ਕੋਲ ਆਏ ਆ ਤੇ ਆਪਾਂ ਉਹਨਾਂ ਦੀ ਡਿਗਰੀਆਂ ਜਿਹੜੀਆਂ ਦਵਾ ਕੇ ਅੱਜ ਜਾਵਾਂਗੇ। ਦੱਸ ਸਕਦੇ ਹੋ ਕਿਹੜੇ ਕਿਹੜੇ ਕਾਲਜ ਦੇ ਬੱਚੇ? ਇੱਕ ਦੁਆਬਾ ਕਾਲਜ ਜਲੰਧਰ ਤੇ ਡੇਵੀਏਟ ਕਾਲਜ ਜਲੰਧਰ ਤੇ ਨਾਲ ਹੀ ਇਹਨਾਂ ਦੇ ਸਿਟੀ ਕਾਲਜ ਦੇ ਵੀ ਕੁਝ ਬੱਚੇ ਜਿਹੜੇ ਆ ਸਾਡੇ ਨਾਲ ਇੱਥੇ ਮੌਜੂਦ ਆ। ਤੇ ਕੀ ਇਹ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇਹ ਮਿੱਥੇ ਸਮੇਂ ਲਈ ਕਰ ਰਹੇ ਹੋ? ਨਹੀਂ ਜੀ, ਇਹ ਜੇ ਜਦੋਂ ਸ਼ੋਅ ਕੋਲਡ ਨੋਟਿਸ ਜਾਰੀ ਹੋ ਗਿਆ ਤਾਂ ਫਿਰ ਅਸੀਂ ਇਹਨੂੰ ਪ੍ਰਦਰਸ਼ਨ ਨੂੰ ਜਿਹੜਾ ਰੋਕ ਦੇਵਾਂਗੇ ਉਦੋਂ ਤੱਕ ਜਦ ਤੱਕ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਮਿਲਦੀਆਂ। ਜੇ ਈਵਨ ਫਿਰ ਵੀ 2 ਦਿਨ ਦੇ ਵਿੱਚ ਡਿਗਰੀਆਂ ਨਹੀਂ ਮਿਲੀਆਂ ਤਾਂ ਫਿਰ ਅਸੀਂ ਪੱਕਾ ਮੋਰਚਾ ਜਿਹੜਾ ਆ ਉਹ ਕਿਸੇ ਮੇਨ ਹਾਈਵੇ ਦੇ ਉੱਤੇ ਗੱਡਾਂਗੇ ਤੇ ਫਿਰ ਉਹ ਬੰਦ ਨਹੀਂ ਕੀਤਾ ਜਾਊਗਾ। ਕਿਸਾਨ ਅੰਦੋਲਨ ਦੀ ਤਰਜ਼ ਦੇ ਉੱਤੇ ਜਿਹੜਾ ਸਕਾਲਰਸ਼ਿਪ ਅੰਦੋਲਨ ਚਲਾਇਆ ਜਾਵੇਗਾ। ਅੱਜ ਤੱਕ ਤਾਂ ਕੋਈ ਸਰ ਸੋਲੂਸ਼ਨ ਨਹੀਂ ਹੈਗਾ ਕਿਉਂਕਿ ਸਾਨੂੰ ਉਹਨਾਂ ਨੇ ਬਾਹਰ ਪਹਿਲਾਂ ਮੇਨ ਗੇਟ 'ਤੇ ਰੋਕ ਲਿਆ ਹੈ, ਹੁਣ ਅੰਦਰ ਅਗਲੇ ਮੇਨ ਗੇਟ 'ਤੇ ਰੋਕ ਲਿਆ ਹੈ। ਸਾਨੂੰ ਅੰਦਰ ਨਹੀਂ ਚੜ ਗਏ, ਸਾਨੂੰ ਕੋਈ ਸੋਲੂਸ਼ਨ ਨਹੀਂ ਦੇ ਰਹੇ ਅਜੇ। ਅਸੀਂ ਸਿਰਫ ਉਹ ਕਹਿ ਰਹੇ ਹਾਂ ਕਿ ਅਸੀਂ ਗੱਲ ਕਰ ਰਹੇ ਹਾਂ, ਅੰਦਰ ਜਾ ਕੇ ਗੱਲ ਕਰ ਰਹੇ ਹਾਂ, ਪਤਾ ਨਹੀਂ ਕਿਹਦੇ ਨਾਲ ਗੱਲ ਕਰ ਰਹੇ ਹਾਂ, ਬਟ ਸਾਨੂੰ ਇਹੀ ਵਾਰ ਵਾਰ ਕਹਿ ਰਹੇ ਕਿ ਤੁਸੀਂ ਬਾਹਰ ਵੇਟ ਕਰੋ। ਕੁਛ ਤੁਹਾਡੇ ਜਿਹੜੇ ਮੋਤਵਾਰ ਸਟੂਡੈਂਟ ਸੀਗੇ ਉਹਨਾਂ ਨੇ ਅੰਦਰ ਜਾ ਕੇ ਗੱਲਬਾਤ ਵੀ ਕੀਤੀ, ਗੱਲਬਾਤ ਦਾ ਕੀ ਨਤੀਜਾ ਨਿਕਲਿਆ ਕੁਛ ਪਤਾ ਤੁਹਾਨੂੰ? ਹਜੇ ਉਹਦੇ ਬਾਰੇ ਕੋਈ ਸਾਨੂੰ ਨੋਟੀਫਿਕੇਸ਼ਨ ਨਹੀਂ ਮਿਲੀ ਹੈਗੀ, ਬਟ ਜਲਦੀ ਹੀ ਮਿਲੇਗੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿੰਨੇ ਵੀ ਵਿਦਿਆਰਥੀ ਆਏ ਹੋਏ ਆ ਸਾਰਿਆਂ ਦੇ ਜਿਹੜੇ ਡਿਗਰੀਆਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ, ਕਿਉਂਕਿ ਸਰਕਾਰ ਵੱਲੋਂ 3 ਦਿਨਾਂ ਦੇ ਆਰਡਰ ਸੀ ਤੇ ਅੱਜ ਇਹ 5ਵਾਂ ਦਿਨ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਸਾਡੀਆਂ ਡਿਗਰੀਆਂ ਦੀ ਜਿਹੜੇ ਉਹ ਪੱਕਾ ਹੱਲ ਮਿਲੇ, ਸਾਨੂੰ ਡਿਗਰੀਆਂ ਸਾਡੀਆਂ ਦਿੱਤੀਆਂ ਜਾਣ। ਮੈਨੂੰ ਕਾਫੀ ਦੇਰ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ, ਕੋਈ ਹੱਲ ਨਹੀਂ ਨਿਕਲਿਆ, ਕੀ ਕਰਨ ਮੰਨਦੇ ਹੋ ਤੁਸੀਂ ਕਾਲ? ਜਾਂ ਤਾਂ ਸਰਕਾਰਾਂ ਨੂੰ ਸਾਡੀ ਗੱਲ ਸਮਝ ਨਹੀਂ ਆ ਰਹੀ ਹੈਗੀ ਤੇ ਜਾਂ ਫਿਰ ਸਾਡੇ ਥੋੜੀ ਲੈਕ ਕਿ ਸਾਨੂੰ ਸਮਝਾਉਣਾ ਨਹੀਂ ਆਉਂਦਾ ਹੈਗਾ, ਬਟ ਅਸੀਂ ਬਹੁਤ ਟਾਈਮ ਤੋਂ ਪ੍ਰੋਟੈਸਟ ਕਰ ਰਹੇ ਹਾਂ ਹਰ ਵਾਰ ਐਡਮਿਸ਼ਨਾਂ ਦੇ ਲਈ, ਰੋਲ ਨੰਬਰ ਲੈਣ ਲਈ, ਹੁਣ ਸਾਡੀਆਂ ਡੀਐਮਸੀਆਂ ਲਈ, ਜਦਕਿ ਸਟੱਡੀ ਸਾਡੀ ਕੰਪਲੀਟ ਹੋ ਚੁੱਕੀ ਆ। ਸਾਨੂੰ ਬਾਰ ਬਾਰ ਇੱਕੋ ਗੱਲ 'ਤੇ ਬਾਰ ਬਾਰ ਉਸੀ ਗੱਲ ਦੇ ਉੱਤੇ ਸਾਨੂੰ ਲਟਕਾਇਆ ਜਾ ਰਿਹਾ ਕਿ ਤੁਸੀਂ ਆਪਣੀਆਂ ਫੀਸਾਂ ਦਿਓ, ਫੀਸਾਂ ਕਲੀਅਰ ਕਰਵਾਓ। ਸਾਰੇ ਬੱਚੇ ਸਕਾਲਰਸ਼ਿਪ ਬੇਸ ਪੜ੍ਹਦੇ ਆ, ਸਾਰੇ ਬੱਚਿਆਂ ਨੂੰ ਆਪਣੀ ਡੀਐਮਸੀ ਲੈਣ ਦਾ ਪੂਰਾ ਹੱਕ ਆ, ਜਦਕਿ ਹਾਲ ਉਹਨਾਂ ਨੇ ਸਾਨੂੰ ਸਰਕਾਰ ਨੇ ਆਰਡਰ ਵੀ ਦੇ ਦਿੱਤੇ ਆ ਕਿ 3 ਦਿਨਾਂ 'ਚ ਰਿਲੀਜ਼ ਕੀਤੇ ਜਾਣ, ਬਟ ਕਾਲਜਾਂ ਦੇ ਉੱਤੇ ਯੂਨੀਵਰਸਿਟੀਆਂ ਦੇ ਉੱਤੇ ਕੋਈ ਵੀ ਇਹਦਾ ਅਸਰ ਨਹੀਂ ਹੈਗਾ। ਮੈਡਮ ਸੁਣਨਾ ਇਹ ਵੀ ਆਇਆ ਕਿ ਜਦੋਂ ਤੁਸੀਂ ਫੀਸ ਨਾ ਜਮ੍ਹਾਂ ਕਰਾਓ ਉਨੀ ਦਾ ਤੁਹਾਨੂੰ ਨਾ ਰੋਲ ਨੰਬਰ ਦਿੱਤਾ ਜਾਂਦਾ ਨਾ ਤੁਹਾਨੂੰ ਪੇਪਰ ਦੇਣ ਦਿੱਤੇ ਜਾਂਦੇ ਆ? ਸਾਨੂੰ ਪੇਪਰ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ, ਸਾਨੂੰ ਰੋਲ ਨੰਬਰ ਲੈਣ 'ਚ ਵੀ ਪ੍ਰੋਬਲਮ ਆਉਂਦੀ ਹੈ, ਹਰ ਵਾਰ ਸਾਨੂੰ ਰੋਲ ਨੰਬਰ ਵੀ ਧਰਨੇ ਪ੍ਰਦਰਸ਼ਨ ਕਰਕੇ ਹੀ ਲੈਣੇ ਪੈਂਦੇ ਆ। ਕਿੰਨੇ ਕੁ ਬੱਚੇ ਨੇ ਜਿਨ੍ਹਾਂ ਦੀਆਂ ਡਿਗਰੀਆਂ ਨਹੀਂ ਮਿਲੀਆਂ ਤੁਹਾਡੇ ਨਾਲ, ਕਿਹੜੇ ਕਿਹੜੇ ਕਾਲਜ ਦੇ ਬੱਚੇ ਨੇ ਦੱਸ ਸਕਦੇ? ਸਰ ਕਾਫੀ ਕਾਲਜਾਂ ਦੇ ਬੱਚੇ ਆ, ਅਸੀਂ ਦੁਆਬਾ ਕਾਲਜ ਦੇ ਬੱਚੇ ਆ, ਥੋੜ੍ਹੇ